ਪੰਜਾਬ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦੇ ਕਰਫਿਊ ਲਗਾਇਆ ਗਿਆ ਤੇ ਇਸੇ ਮੁਸ਼ਕਲ ਦੀ ਘੜੀ ਦੇ ਵਿੱਚ ਰਾਧਾ ਸਵਾਮੀ ਡੇਰਾ ਬਿਆਸ ਦੇ ਵੱਲੋਂ ਵੀ ਵੱਡੀ ਮਦਦ ਕੀਤੀ ਜਾ ਰਹੀ ਹੈ। ਲੋਕਾਂ ਤੱਕ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਲੰਗਰ ਵੀ ਛਕਾਇਆ ਜਾ ਰਿਹਾ। ਇਸ ਦੇ ਨਾਲ ਹੀ ਰਾਧਾ ਸਵਾਮੀ ਡੇਰੇ ਦੇ ਵੱਲੋਂ ਆਪਣੇ ਸਤਸੰਗ ਘਰ ਵੀ ਲੋੜਵੰਦਾਂ ਲਈ ਖੋਲ੍ਹ ਦਿੱਤੇ ਗਏ ਨੇ, ਜਿੱਥੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ। ਇਸੇ ਦੇ ਚੱਲਦੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਡੇਰੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਧੰਨਵਾਦ ਕਰਾਂਗਾ ਡੇਰਾ ਬਿਆਸ ਦਾ, ਜਿਨ੍ਹਾਂ ਨੇ ਬਹੁਤ ਬੇਸ਼ੁਮਾਰ ਰਾਸ਼ਨ ਬਣਾਇਆ, ਪਰ ਲੁਧਿਆਣੇ ਦੀ ਕੋਈ NGO ਪਿੱਛੇ ਨਹੀਂ ਰਹੀ ਉਹ ਮਾਈਗ੍ਰੈਂਟ ਲੇਬਰਸ ਦੀ ਮਦਦ ਕਰਨ ਨੂੰ। 57 ਸ਼ੈਲਟਰ ਹੋਮ ਤਿਆਰ ਕੀਤੇ ਗਏ, ਜਿਹਦੇ 'ਚ 35,000 ਬੰਦਾ ਟ੍ਰਾਂਸਫਰ ਕਰਨ ਦੀ ਤਿਆਰੀ ਹੈ। ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਉੱਥੇ ਹੀ ਰਾਸ਼ਨ ਮੁਹੱਈਆ ਕਰਾਈ ਜਾਏਗਾ, ਔਰ ਹਰੇਕ ਦੀ ਝੁੱਗੀ 'ਚ ਵੀ ਜਾ ਕੇ ਤੁਸੀਂ ਦੇਖ ਲਓ, ਤੁਸੀਂ ਆਪ ਸਟਿੰਗ ਕਰੋ, ਉਹਨਾਂ ਦੀ ਝੁੱਗੀ 'ਚ ਵੀ ਤੁਹਾਨੂੰ ਮਹੀਨੇ ਦਾ ਰਾਸ਼ਨ ਨਾ ਮਿਲੇ ਤਾਂ ਮੈਨੂੰ ਫੜ ਲਿਓ। ਜਿਹਾ ਦੱਸਦੀ ਕਿ ਲਗਾਤਾਰ ਡੇਰਾ ਬਿਆਸ ਦੇ ਵੱਲੋਂ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਰਿਹਾ ਹੈ। ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਵੀ ਕੀਤੀ ਗਈ ਸੀ ਤੇ ਹਰ ਮਦਦ ਦਾ ਭਰੋਸਾ ਦਵਾਇਆ ਗਿਆ ਸੀ। ਲੁਧਿਆਣਾ ਤੋਂ ਵਿਵੇਕ ਢਾਲ ਦੀ ਰਿਪੋਰਟ। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, sitta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647, 84374 94648।